ਸਸਿਆਕਾਲ ਮੈਂ ਭਾਵਨਾ ਦੈਨਿਕ ਸਵੇਰਾ ਚ ਤੁਹਾਡਾ ਸਵਾਗਤ ਹੈ ਤੇ ਹੁਣ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਪੰਜਾਬ ਕਾਂਗਰਸ ਚ ਵੱਡਾ ਬਵਾਲ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਵੱਡੀ ਚੁਣੌਤੀ ਤਰਨਜੀਤ ਸਿੰਘ ਸੰਧੂ ਅਮਰੀਕਾ ਚ ਬਣ ਸਕਦੇ ਨੇ ਭਾਰਤ ਦੇ ਅੰਬੈਸਡਰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਚ ਲੱਗੇ ਬੁੱਤਾਂ ਦੀ ਭੰਨ ਤੋੜ 8 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਸੁਲਤਾਨਪੁਰ ਲੋਧੀ ਚ ਇੱਕ ਨਿੱਜੀ ਸਕੂਲ ਦੀ ਬੱਸ ਪਲਟੀ ਕਈ ਬੱਚੇ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਕਾਂਗਰਸ ਵਿੱਚ ਉਸ ਸਮੇਂ ਵੱਡਾ ਬਵਾਲ ਖੜਾ ਹੋ ਗਿਆ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲੀ ਚੁਣੌਤੀ ਦੇ ਦਿੱਤੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਕੋਲ ਉਸ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਇਸ ਲਈ ਉਹ ਆਪਣੇ ਮੰਤਰੀਆਂ ਨੂੰ ਅੱਗੇ ਕਰ ਰਹੇ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਫਿਰ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜੇ ਹੋ ਗਏ ਨੇ ਅਤੇ ਉਹਨਾਂ ਨੂੰ ਖੁੱਲੀ ਬਹਿਸ ਤੱਕ ਦਾ ਚੈਲੰਜ ਦੇ ਦਿੱਤਾ ਦਰਅਸਲ ਬੀਤੇ ਦਿਨ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਾਂਗਰਸੀ ਮੰਤਰੀਆਂ ਨੇ ਹੀ ਬਾਜਵਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਬਾਜਵਾ ਦੇ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਮੰਤਰੀਆਂ ਦਾ ਕਹਿਣਾ ਕਿ ਜੋ ਵੀ ਪਾਰਟੀ ਦਾ ਡਿਸਿਪਲਿਨ ਤੋੜਦਾ ਉਸ ਦੇ ਵਿਰੁੱਧ ਐਕਸ਼ਨ ਹੋਣਾ ਚਾਹੀਦਾ ਹੈ ਜਿਹੜਾ ਪਾਰਟੀ ਦੇ ਖਿਲਾਫ ਡਾਊਨ ਕਰਨਾ ਜਾ ਕੇ ਬਾਹਰ ਬੋਲੂਗਾ ਬੇਸ਼ੱਕ ਨਹੀਂ ਮੈਂ ਵੀ ਹੋਵਾਂ ਡਿਸਪਲਿਨ ਚ ਰਹਿਣਾ ਚਾਹੀਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਕਾਂਗਰਸ ਦੇ ਤੀਜੇ ਦਿਨ ਕੋਈ ਨਾ ਜੀ ਅਨਸਾਰ ਸਿੰਘ ਤੋਂ ਬਾਹਰ ਹੋ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਜੋ ਕਾਂਗਰਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਕੋਈ ਕਮੀ ਹੈ ਕੋਈ ਨਾ ਕੋਈ ਬਗਾਵਤ ਕਰੀ ਰੱਖਦਾ ਨਹੀਂ ਵੇਖੋ ਪਰਿਵਾਰ ਦੇ ਵਿੱਚ ਭਾਂਡੇ ਖੜਕਦੇ ਹੁੰਦੇ ਆ ਕੋਈ ਏਡੀ ਗੱਲ ਨਹੀਂ ਸਾਡੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਜਿਹੜਾ ਵੀ ਕੋਈ ਡਿਸਪਲਿਨ ਭੰਗ ਕਰੂਗਾ ਤੇ ਕਰਦੇ ਮੰਤਰੀਆਂ ਦੇ ਇਸੇ ਮੋਰਚੇ ਦੇ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਕੀਤਾ ਅਤੇ ਸੀਐਮ ਕੈਪਟਨ ਨੂੰ ਖੁੱਲੀ ਬਹਿਸ ਦਾ ਚੈਲੰਜ ਦੇ ਦਿੱਤਾ ਬਾਜਵਾ ਨੇ ਇਸ ਟਵੀਟ ਦੇ ਵਿੱਚ ਲਿਖਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ 'ਚ ਹਿੰਮਤ ਹੈ ਤਾਂ ਉਹਨਾਂ ਦੇ ਨਾਲ ਜਨਤਕ ਬਹਿਸ ਕਰਨ ਅਤੇ ਜਨਤਾ ਨੂੰ ਜੱਜ ਬਣਨ ਦੇਣ ਇੱਥੇ ਨਹੀਂ ਬਾਜਵਾ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਮੈਂ ਕੈਪਟਨ ਦੀਆਂ ਇਹਨਾਂ ਹਰਕਤਾਂ ਦੇ ਅੱਗੇ ਝੁਕਣ ਵਾਲਾ ਨਹੀਂ ਹਾਂ ਕਿਉਂਕਿ ਕੈਪਟਨ ਦੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਉਹ ਮੇਰੇ ਇਲਜ਼ਾਮਾਂ ਦਾ ਖੰਡਨ ਕਰਨ ਇਸ ਲਈ ਉਹ ਆਪਣੇ ਕੈਬਨਿਟ ਦੇ ਸਾਥੀਆਂ ਦਾ ਸਹਿਯੋਗ ਲੈ ਰਹੇ ਨੇ ਦੱਸਦੀ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਬਾਜਵਾ ਨੇ ਸੀਐਮ ਕੈਪਟਨ ਅਤੇ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹੋਣ ਇਸੇ ਲਈ ਕਾਂਗਰਸੀ ਮੰਤਰੀਆਂ ਨੇ ਹੁਣ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਕਿਹਾ ਕਿ ਜੇਕਰ ਬਾਜਵਾ ਦੀ ਕੋਈ ਨਾਰਾਜ਼ਗੀ ਹੈ ਤਾਂ ਉਹਨਾਂ ਨੂੰ ਮੀਡੀਆ ਦੀ ਬਜਾਏ ਪਾਰਟੀ ਪਲੇਟਫਾਰਮ ਤੇ ਗੱਲ ਰੱਖਣੀ ਚਾਹੀਦੀ ਹੈ ਇਸ ਲਈ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਬਣਦੀ ਹੈ ਜਦਕਿ ਦੂਜੇ ਪਾਸੇ ਮੰਤਰੀਆਂ ਦੀ ਇਸ ਮੰਗ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਕੈਪਟਨ ਨੂੰ ਹੀ ਬਹਿਸ ਦਾ ਚੈਲੰਜ ਦੇ ਦਿੱਤਾ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਬਣ ਸਕਦੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੇ ਨਾਂ ਤੇ ਮੋਹਰ ਲੱਗ ਚੁੱਕੀ ਹੈ ਪਰ ਅਧਿਕਾਰਤ ਤੌਰ ਤੇ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਪੰਜਾਬ ਦੇ ਤਰਨਜੀਤ ਸਿੰਘ ਸੰਧੂ US 'ਚ ਭਾਰਤ ਦੇ ਅੰਬੈਸਡਰ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਨਾਮ ਤੇ ਮੋਹਰ ਲੱਗ ਚੁੱਕੀ ਹੈ ਜਦਕਿ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਹੋਣੀ ਹਾਲੇ ਬਾਕੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਫਰਵਰੀ ਮਹੀਨੇ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੇ ਦੌਰਾਨ ਇਸ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਦੱਸਦੀਏ ਕਿ ਫਿਲਹਾਲ ਤਰਨਜੀਤ ਸਿੰਘ ਸੰਧੂ ਸ਼੍ਰੀਲੰਕਾ ਦੇ ਵਿੱਚ ਹਾਈ ਕਮਿਸ਼ਨਰ ਨੇ ਤੇ ਹਰਸ਼ ਵਰਧਨ ਦੀ ਜਗ੍ਹਾ ਉਹ US ਦੇ ਅੰਬੈਸਡਰ ਵਜੋਂ ਆਪਣਾ ਅਹੁਦਾ ਸੰਭਾਲ ਸਕਦੇ ਨੇ ਦੈਨਿਕ ਸਵੇਰਾ ਦੇ ਲਈ ਨਿਤਿਨ ਧੀਮਾਨ ਦੀ ਰਿਪੋਰਟ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਲੱਗੇ ਬੁੱਤਾਂ ਦੀ ਭੰਨ ਤੋੜ ਕੀਤੀ ਗਈ ਇਸ ਸੰਬੰਧੀ ਪੁਲਿਸ ਨੇ 8 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਦੱਸ ਦਈਏ ਕਿ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਬੁੱਤਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦਾ ਮੰਨਣਾ ਸੀ ਕਿ ਸੱਭਿਆਚਾਰ ਨਾਲ ਸੰਬੰਧਿਤ ਬੁੱਤ ਦਰਬਾਰ ਸਾਹਿਬ ਦੇ ਰਸਤੇ ਵਿੱਚ ਨਹੀਂ ਲੱਗਣੇ ਚਾਹੀਦੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਦੇ ਵਿੱਚ ਲਗਾਏ ਗਏ ਸਟੈਚੂਜ਼ ਤੁਸੀਂ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਟੈਚੂ ਧਰਮ ਸਿੰਘ ਮਾਰਕੀਟ ਦੇ ਬਾਹਰ ਲਗਾਏ ਗਏ ਨੇ ਕੁਛ
सिख संगठनों वालों बीती रात इन स्टैचूज़ को तोड़न की कोशिश की गई है और को इस दौरान इन्होंने इन्ह स्टैचूज़ के थले लगे हुए जो संगमरमर है उसको तोड़िया है और इस दौरान पुलिस वालों 8 नौजवान जोड़े सिख संगठन के सन उन्होंने गिरफ़्तार कर लिया गया है। इतने लगे जोड़े 3 स्टैचूज़ ने एक जगह पर बीबिया वालों किकली पाई जा रही है पंजाबी विरसे दर्शाते स्टैचू ने जिन्होंने सिख संगठन वालों तोड़ दिता गया है और 8 जोड़े नौजवान ने इस घटना अंजाम देने वाले उन्होंने पुलिस ने गिरफ़्तार किया कर लिया है और उन्होंने कार्रवाई की जा रही है। मैं दसना चाहवागा कि वक् वक् सिख संगठन पहल तो ही ये चेतावनी देंदे आ रहे हैं कि विरासती मार्ग के लगे इन स्टैचुओं के उत्ते आने वाले जोड़े श्रद्धालु ने या और जोड़े सैलानी ने वो सैल्फिया खिंचाते हैं जिस करके उन्होंने आस्था को काफ़ी ठेस पहुँचती है। उस करके उन्होंने चेतावनी दी सी कि इन स्टैचुओं को तोड़ दिया जाएगा। कोशिश भी उन्होंने पहला की थी पर पुलिस वालों उन्होंने गिरफ़्तार कर लिया गया पर उन्होंने फिर बाद छोड़ दिया गया जिसनों कल बीती रात 1:30 बजे के करीब इस स्टैचू को तोड़न का कोशिश की गई है और इस दौरान जोड़े स्टैचूज के थले लगा हुआ मार्बल उन्होंने वालों तोड़ दिया गया है और पुलिस वालों मौके पर ही 8 व्यक्तियों को गिरफ़्तार कर लिया गया है। कैमरा परसन विपन के नाल ज्योति बहल दैनिक सवेरा टीवी अमृतसर। संघनी धुंध कारण सुल्तानपुर लोधी च एक निजी स्कूल की बस पलट गई। इस बस विच 60 बच्चे सवार सन। जख्मी बच्चों नू नेड़ने हस्पताल भर्ती करवा दिता है जिथे उन्हां दी हालत खतरे तो बाहर है। सुल्तानपुर लोधी दे विच निजी स्कूल दी बस नाल होए हादसे दी सीसीटीवी फुटेज सामने आई है। तस्वीरां दे विच तुसीं देख सकते हो कि किवें एक साइड तो जा रहा ट्रक जिवें ही अगे जांदा है तां सामने तो आ रही बस अचानक पलट के खेतां दे विच डिग गई। दस दी कि इस बस दे विच तकरीबन 60 बच्चे सवार सन जो कि इस हादसे दे दौरान जख्मी होए ने जिन्हां नूं इलाज दे लई नजदीक दे हस्पताल दे विच दाखल करवाया गया। पर हुण इस हादसे दी सीसीटीवी फुटेज सामने आई है जिस दे विच इह देखिया जा सकदा है कि किवें इह बस अचानक पलट के खेतां दे विच डिग गई। पर चंगी गल रही कि इस हादसे दे दौरान किसी भी तरह का जानी नुकसान होने तो बचा रहा है। दैनिक सवेरा दे लई मनदीप सिंह दी रिपोर्ट। श्रीनगर च बर्फीला तूफान होने कारण गुरदासपुर दे इक पिंड दा जवान शहीद हो गया। शहीद दे परिवारक मैंबरां ने दस्या कि रणजीत सिंह 5-6 साल पहला ही फौज विच भर्ती होया सी ते उसका विआह होए नूं अजे 1 साल भी पूरा नहीं होया सी। गुरदासपुर के पिंड सिद्धपुर का फौजी जवान रणजीत सिंह श्रीनगर के कपवाड़ा चाहे बर्फीले तूफान की चपेट चौन कारण शहीद हो गया जिसकी खबर सुन पूरे पिंड दे विच सोग की लहर फैल गई। मेरा छोटा ब्रदर ही रणजीत सिंह भर्ती हुए दिन उन्होंने 5-6 साल हो गया ही अजे हूने मैरिज हुई है 1 साल भी नहीं होया अजे उस बाद परसों सानू कॉल आई है तो बोला कि रणजीत सिंह शहीद हो गया। दस दिए कि फौजी जवान की मृतक देह उन्होंने जद्दी पिंड लिया के सरकारी सन्माना दे नाल उन्हों का अंतिम संस्कार किया जाएगा। पर फौजी जवान के शहीद होने की खबर सुन परिवार समेत पूरे पिंड दे विच सोग का माहौल है। दीनानगर तो कीमती लाल दैनिक सवेरा टीवी। पहला तो ही सख्त मनी जाती चंडीगढ़ ट्रैफिक पुलिस 1 फरवरी तो होर भी सख्त हो जाएगी। इस संबंधी ट्रैफिक पुलिस ने एक एडवाइजरी जारी करके लोगों नूं इस बारे सुचेत किया है ता जो महंगे चलाना तो बचिया जा सके। चंडीगढ़ च 1 फरवरी 2020 तो ट्रैफिक नियम तोड़न वालों नूं वड्डा जुर्माना लगेगा जिस बारे चंडीगढ़ ट्रैफिक पुलिस ने एडवाइजरी जारी की है जिस दे विच उन्हां दस्सिया कि किस किस दे लई वाहन चालकां नूं वड्डा जुर्माना लग सकदा है। वाहन चालकां दे लई एडवाइजरी जारी करते हुए पुलिस ने दस्सिया कि मोबाइल सुनण दे लई सड़क ते गड्डी रोकण वाले नूं भी चलान भुगतना पै सकदा है। इस तों इलावा बार बार लेन बदलण वाले का भी चलान कट्टिया जाएगा। इन्ना ही नहीं लैफ्ट मुड़न वाले वाहनों का रस्ता रोकण वाले वाहन चालक नूं भी चलान भुगतना पवेगा।
ਸਕੂਲ ਮਿਲਾ ਕੇ ਚੰਡੀਗੜ੍ਹ ਪੁਲਿਸ ਹੁਣ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਤਹਿਤ ਰੂਲ ਤੋੜਨ ਵਾਲੇ ਵਾਹਨ ਚਾਲਕਾਂ ਨੂੰ ਵੱਡਾ ਜੁਰਮਾਨਾ ਲੱਗੇਗਾ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੇ ਆਖਰੀ ਦਿਨ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਉੱਚੀ ਟਿੱਬੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਸਾਹਿਬ ਦੀ ਧਰਤੀ ਤੇ ਅੱਜ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਨੂੰ ਇਥੋਂ ਨਗਰ ਕੀਰਤਨ ਦੇ ਰੂਪ ਵਿੱਚ ਸਜਾ ਕੇ ਲਿਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੈਨਿਕ ਸਵੇਰਾ ਤੇ, ਇਸ ਵੇਲੇ ਤਸਵੀਰਾਂ ਤੁਸੀਂ ਉਸ ਅਲੌਕਿਕ ਨਗਰ ਕੀਰਤਨ ਦੀਆਂ ਵੇਖ ਰਹੇ ਹੋ ਜੋ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਅੱਜ ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਤੋਂ ਇਹ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਏ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਅਤੇ ਇਸ ਦੇ ਵਿੱਚ ਹੀ ਨਗਰ ਕੀਰਤਨ ਦੇ ਅੱਗੇ ਅੱਗੇ ਬੈਂਡ ਪਾਰਟੀਆਂ ਅਤੇ ਸੰਗਤ ਰਸਤੇ ਦੀ ਸਫਾਈ ਸੇਵਾ ਕਰਦੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਡੇ ਸਾਹਮਣੇ ਹੈ। ਮਾਘੀ ਮੇਲੇ ਨੂੰ ਲੈ ਕੇ ਬੀਤੇ 3 ਦਿਨਾਂ ਤੋਂ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਅੱਜ 3ਰੇ ਦਿਨ ਨਗਰ ਕੀਰਤਨ ਸਜਾਇਆ ਗਿਆ, ਜਿਸ ਦੇ ਨਾਲ ਹੀ ਇਸ ਮਾਘੀ ਮੇਲੇ ਦੀ ਸਮਾਪਤੀ ਕਰ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਤੋਂ ਸਜਾਇਆ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਉੱਚੀ ਟਿੱਬੀ ਸਾਹਿਬ ਤੱਕ ਪਹੁੰਚੇਗਾ, ਜਿੱਥੇ ਜਾ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਅਤੇ ਇਸ ਦੇ ਨਾਲ ਹੀ ਸਮਾਗਮਾਂ ਦੀ ਸਮਾਪਤੀ ਵੀ ਹੋ ਜਾਵੇਗੀ। ਹਾਲਾਂਕਿ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਥੋਂ ਇੱਕ ਮਹੱਲਾ ਕੱਢਿਆ ਜਾਏਗਾ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਉੱਚੀ ਟਿੱਬੀ ਸਾਹਿਬ ਦੇ ਨਾਲ ਵਾਲੇ ਗਰਾਊਂਡ ਦੇ ਵਿੱਚ ਹੀ ਘੋੜ ਦੌੜਾਂ ਅਤੇ ਹੋਰ ਕਰਤੱਬ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਿਖਾਏ ਜਾਣਗੇ। ਫਿਲਹਾਲ ਤੁਸੀਂ ਦੈਨਿਕ ਸਵੇਰਾ ਟੀਵੀ 'ਤੇ ਇਸ ਵੇਲੇ ਤਸਵੀਰਾਂ ਅਲੌਕਿਕ ਨਗਰ ਕੀਰਤਨ ਦੀਆਂ ਦੇਖ ਰਹੇ ਹੋ, ਜੋ ਕਿ 40 ਮੁਕਤਿਆਂ ਦੀ ਯਾਦ ਦੇ ਵਿੱਚ ਇਸ ਪਵਿੱਤਰ ਧਰਤੀ 'ਤੇ ਹਰ ਸਾਲ ਸਜਾਇਆ ਜਾਂਦਾ ਅਤੇ ਮਾਘੀ ਮੇਲੇ ਨੂੰ ਸਮਰਪਿਤ ਸਮਾਗਮਾਂ ਦੇ 3ਰੇ ਦਿਨ ਇਸ ਨਗਰ ਕੀਰਤਨ ਨੂੰ ਇਸੇ ਤਰ੍ਹਾਂ ਹਰ ਸਾਲ ਇੱਥੇ ਸਜਾ ਕੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਉੱਚੀ ਟਿੱਬੀ ਸਾਹਿਬ ਤੱਕ ਲਿਜਾਇਆ ਜਾਂਦਾ। ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਸੰਗਤਾਂ ਦਾ ਇਕੱਠ ਇੱਥੇ ਜੁੜਿਆ ਹੋਇਆ ਅਤੇ ਪਾਲਕੀ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਿਹਾ ਅਤੇ ਉਸ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਇੱਥੇ ਕੜੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਸ਼੍ਰੀ ਮੁਕਤਸਰ ਸਾਹਿਬ ਦੀ ਇਹ ਪਵਿੱਤਰ ਧਰਤੀ ਉਹ ਪਾਕ ਪਵਿੱਤਰ ਧਰਤੀ ਹੈ ਜਿੱਥੇ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਏ ਸਿੰਘ ਇਸ ਅਸਥਾਨ 'ਤੇ ਮੁੜ ਆਏ ਸਨ, ਗੁਰੂ ਵਾਲੇ ਬਣੇ ਸਨ ਅਤੇ ਗੁਰੂ ਸਾਹਿਬ ਤੋਂ ਬੇਦਾਵਾ ਪੜਵਾ ਕੇ ਮੁਕਤ ਹੋਏ ਸਨ, ਜਿਸ ਦੇ ਨਾਂ ਤੋਂ ਹੀ ਇਸ ਸ਼ਹਿਰ ਨੂੰ ਵੀ ਮੁਕਤੀ ਦਾ ਸਰ ਹੋਣ ਦਾ ਵਰ ਪ੍ਰਾਪਤ ਹੈ। ਦਸਮ ਪਿਤਾ ਨੇ ਕਈ ਤਰ੍ਹਾਂ ਦੇ ਵਰ ਦਿੰਦੇ ਹੋਏ ਇਸ ਸ਼ਹਿਰ ਨੂੰ ਵੀ ਮੁਕਤੀ ਦਾ ਵਰ ਦਿੱਤਾ ਸੀ ਅਤੇ ਉਸੇ ਮੁਕਤੀ ਦੇ ਸਰ ਤੋਂ ਹਰ ਸਾਲ ਇਸ ਅਸਥਾਨ 'ਤੇ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਦਾ ਮੇਲਾ ਮਨਾਇਆ ਜਾਂਦਾ। ਹਾਲਾਂਕਿ ਇਹ ਵੀ ਆਖਿਆ ਜਾਂਦਾ ਹੈ ਕਿ ਇਸ ਅਸਥਾਨ 'ਤੇ ਜੰਗ ਵਿਸਾਖ ਮਹੀਨੇ ਦੇ ਵਿੱਚ ਹੋਈ ਸੀ, ਲੇਕਿਨ ਸ਼ੁਰੂ ਤੋਂ ਹੀ ਮੌਸਮ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਤੇ ਪਾਣੀ ਦੀ ਕਿੱਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਇਲਾਕੇ ਦੇ ਵਿੱਚ ਮਾਘੀ ਮੇਲਾ 40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਅਤੇ 3 ਦਿਨਾਂ ਦਾ ਇਹ ਮੇਲਾ 3ਰੇ ਦਿਨ ਨਗਰ ਕੀਰਤਨ ਦੇ ਨਾਲ ਸਮਾਪਤ ਹੋ ਜਾਂਦਾ ਹੈ। ਕੈਮਰਾਮੈਨ ਜਤਿਨ ਦੇ ਨਾਲ ਸੁਰੂਚੀ, ਸ਼੍ਰੀ ਮੁਕਤਸਰ ਸਾਹਿਬ। ਤੇ ਇਸ ਹੁਣ ਤੱਕ ਦੀਆਂ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।